आज यार आज मेरी 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 बेनती सुनो जी, बेनती सुनो। बहुत बड़ा महकमा है, 1.25 लाख मुलाजम है, किसी ना किसी का कोई इशू चलता रहूगा, पर जिहड़ा सब तो जरूरी काम है जिन्हां करके असी जाए वह हो चाहे मैं, वो बच्चे है, बच्चों को किताबां, बच्चों को यूनिफॉर्म, स्कूल देने पहला प्रार्थना। ਸਰ ਇਸ ਕਰਕੇ ਨਹੀਂ ਸਰ, ਪੰਜਾਬ ਸਿੱਖਿਆ ਬੋਰਡ ਦੀ ਜਿਹੜੀ ਬਿਲਡਿੰਗ ਹੈ ਨਾ, ਉਹ ਬੀਪੀ ਵੱਲੋਂ ਵੀ ਕਹਿੰਦੇ ਕਿਰਾਏ ਦਿੱਤੀ ਹੋਈ ਹੈ, ਸਾਨੂੰ ਜਿਹੜਾ ਕਿਰਾਇਆ ਤਾਂ ਜਿਹੜਾ ਕਾਫੀ ਜ਼ਿਆਦਾ ਜਿਹੜਾ ਕੋਈ ਸਭ ਛੋਟੀਆਂ ਗੱਲ ਇੱਕੋ ਗੱਲ ਹੈ ਜੀ। ਹੁਣ ਮੇਰੀ ਗੱਲ ਸੁਣੋ, ਸਰਕਾਰ ਦੇ ਦੋ ਧਾਰੇ ਨੇ, ਇਧਰੋਂ ਕੱਢ ਕੇ ਉਧਰੋਂ, ਇਹ ਸਭ ਗੱਲਾਂ ਛੋਟੀਆਂ ਨੇ। ਮਸਲਾ ਇਹ ਹੈ ਕਿ ਬੱਚਿਆਂ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ, ਸਕੂਲ ਦੀ ਇਮਾਰਤਾਂ ਠੀਕ ਹੋਣੀਆਂ ਚਾਹੀਦੀਆਂ। ਜਿਵੇਂ ਹੁਣ ਤਕਰੀਬਨ 1000 ਸਕੂਲ ਇੱਦਾਂ ਦਾ ਹੈ ਜੀ ਜਿੱਥੇ ਪਾਣੀ ਖੜਦਾ, ਜਿੱਥੇ 2 ਘੰਟੇ ਬਰਸਾਤ ਪਊਗੀ ਤੁਸੀਂ ਵੀ ਫਿਰ ਜਾ ਕੇ ਕਵਰ ਕਹੋਗੇ ਕਿਤੇ, ਉਹਨਾਂ ਸਕੂਲਾਂ 'ਤੇ ਅਸੀਂ ਅਗਲੇ 1 ਮਹੀਨੇ 'ਚ ਕੰਮ ਕਰ ਰਹੇ ਹਾਂ। ਤਾਂ ਜਿਹੜੇ ਇਦਾਂ ਦੇ ਕੰਮ ਕਰਨ ਵਾਲੇ ਆ ਜੀ, ਸੜਕ ਦੇ ਵਿੱਚ ਹੈ, ਬੱਚੇ ਬਾਹਰ ਖੇਡਦੇ ਆ। ਜਦੋਂ ਮੈਂ ਵੀ ਇੱਥੇ ਪਹੁੰਚਿਆ ਤਾਂ ਬੱਚੇ ਬਾਹਰ ਖੇਡ ਰਹੇ ਸੀ, ਕੋਈ ਹਾਦਸਾ ਹੋ ਸਕਦਾ, ਕੋਈ ਵੀ ਟੀਚਰਸ ਵੀ ਵਿਚਾਰੇ ਮਜਬੂਰ ਨੇ। ਦੇਖੋ ਇਹਨੀ ਆਪਣੇ ਵੱਲੋਂ ਜੋ ਵੀ ਇਸ ਸਕੂਲ ਨੂੰ ਜਿੰਨੇ ਮੌਜੂਦਾ ਸਾਧਨ ਦੇ ਵਿੱਚ ਇਹਨੂੰ ਸਾਂਭ ਕੇ ਰੱਖਿਆ, ਕਲਾਸਾਂ ਕਲਾਸਰੂਮ ਹੈ ਨਹੀਂ ਤੱਕ 2 ਕਲਾਸਾਂ ਦੇ ਬਟਵਾਰੇ ਕਰਕੇ ਬੱਚਿਆਂ ਨੂੰ ਪੜ੍ਹਾ ਰਹੇ, ਜੋ ਵੀ ਆਪਣੀ ਮਜਬੂਰੀਆਂ ਦੇ ਵਿੱਚ ਜਿੱਦਾਂ ਵੀ ਹੋ ਸਕੇ ਆਪਣੇ ਜੇਬੋਂ ਖਰਚ ਕੇ ਜੋ ਕੁਛ ਕਰ ਸਕੇ ਟੀਚਰਸ ਨੇ ਕੰਮ ਕੀਤਾ। ਗਲਤ ਇਹ ਹੈ ਕਿ ਕਦੀ ਕਿਸੇ ਨੇ ਗੌਰ ਹੀ ਨਹੀਂ ਕੀਤੀ। ਮੈਂ ਤੁਹਾਨੂੰ ਇੱਕ ਮਿਸਾਲ ਦੇ ਰਿਹਾ ਕਿ ਜਿੱਥੇ ਸਿੱਖਿਆ ਮੰਤਰੀ ਬੈਠਦਾ, ਜਿੱਥੇ ਸਾਰੇ ਅਧਿਕਾਰੀ ਬੈਠਦੇ, ਜੇ ਉਹਨਾਂ ਦੇ ਛੱਤ ਦੇ ਥੱਲੇ ਇਹ ਹਾਲ ਹੈ, ਤਾਂ ਇਸ ਸਕੂਲ ਨੂੰ ਅਸੀਂ ਇਹਦੀ ਆਲਰੇਡੀ ਜ਼ਮੀਨ ਅਲਾਟ ਹੋ ਗਈ ਹੈ, ਇਹਨੂੰ 5-6 ਮਹੀਨੇ 'ਚ ਆਪਾਂ ਸ਼ਾਨਦਾਰ ਸਕੂਲ ਬਣਾਵਾਂਗੇ। ਠੀਕ ਹੈ, ਥੈਂਕ ਯੂ, ਥੈਂਕ ਯੂ। ਅੱਜ ਯਾਰ ਅੱਜ ਮੇਰੀ ਮੇਰੀ ਇੱਕ ਮੇਰੀ 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 ਬੇਨਤੀ ਸੁਣੋ ਜੀ, ਬੇਨਤੀ ਸੁਣੋ। ਬਹੁਤ ਵੱਡਾ ਮਹਿਕਮਾ ਹੈ, 1.25 ਲੱਖ ਮੁਲਾਜ਼ਮ ਹੈ, ਕਿਸੇ ਨਾ ਕਿਸੇ ਦਾ ਕੋਈ ਇਸ਼ੂ ਚੱਲਦਾ ਰਹੂਗਾ, ਪਰ ਜਿਹੜਾ ਸਭ ਤੋਂ ਜ਼ਰੂਰੀ ਕੰਮ ਹੈ ਜਿਹਨਾਂ ਕਰਕੇ ਅਸੀਂ ਜਾਏ ਉਹ ਹੋਣ ਚਾਹੇ ਮੈਂ, ਉਹ ਬੱਚੇ ਹੈ, ਬੱਚਿਆਂ ਨੂੰ ਕਿਤਾਬਾਂ, ਬੱਚਿਆਂ ਨੂੰ ਯੂਨੀਫਾਰਮ, ਸਕੂਲ ਦੇਣੇ ਪਹਿਲਾਂ ਪ੍ਰਾਰਥਨਾ। ਸਰ ਇਸ ਕਰਕੇ ਨਹੀਂ ਸਰ, ਪੰਜਾਬ ਸਿੱਖਿਆ ਬੋਰਡ ਦੀ ਜਿਹੜੀ ਬਿਲਡਿੰਗ ਹੈ ਨਾ, ਉਹ ਬੀਪੀ ਵੱਲੋਂ ਵੀ ਕਹਿੰਦੇ ਕਿਰਾਏ ਦਿੱਤੀ ਹੋਈ ਹੈ, ਸਾਨੂੰ ਜਿਹੜਾ ਕਿਰਾਇਆ ਤਾਂ ਜਿਹੜਾ ਕਾਫੀ ਜ਼ਿਆਦਾ ਜਿਹੜਾ ਕੋਈ ਸਭ ਛੋਟੀਆਂ ਗੱਲ ਇੱਕੋ ਗੱਲ ਹੈ ਜੀ। ਹੁਣ ਮੇਰੀ ਗੱਲ ਸੁਣੋ, ਸਰਕਾਰ ਦੇ ਦੋ ਧਾਰੇ ਨੇ, ਇਧਰੋਂ ਕੱਢ ਕੇ ਉਧਰੋਂ, ਇਹ ਸਭ ਗੱਲਾਂ ਛੋਟੀਆਂ ਨੇ। ਮਸਲਾ ਇਹ ਹੈ ਕਿ ਬੱਚਿਆਂ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ, ਸਕੂਲ ਦੀ ਇਮਾਰਤਾਂ ਠੀਕ ਹੋਣੀਆਂ ਚਾਹੀਦੀਆਂ। ਜਿਵੇਂ ਹੁਣ ਤਕਰੀਬਨ 1000 ਸਕੂਲ ਇੱਦਾਂ ਦਾ ਹੈ ਜੀ ਜਿੱਥੇ ਪਾਣੀ ਖੜਦਾ, ਜਿੱਥੇ 2 ਘੰਟੇ ਬਰਸਾਤ ਪਊਗੀ ਤੁਸੀਂ ਵੀ ਫਿਰ ਜਾ ਕੇ ਕਵਰ ਕਹੋਗੇ ਕਿਤੇ, ਉਹਨਾਂ ਸਕੂਲਾਂ 'ਤੇ ਅਸੀਂ ਅਗਲੇ 1 ਮਹੀਨੇ 'ਚ ਕੰਮ ਕਰ ਰਹੇ ਹਾਂ। ਤਾਂ ਜਿਹੜੇ ਇਦਾਂ ਦੇ ਕੰਮ ਕਰਨ ਵਾਲੇ ਆ ਜੀ, ਉਹ ਸੜਕ ਦੇ ਵਿੱਚ ਹੈ, ਬੱਚੇ ਬਾਹਰ ਖੇਡਦੇ ਆ। ਜਦੋਂ ਮੈਂ ਵੀ ਇੱਥੇ ਪਹੁੰਚਿਆ ਤਾਂ ਬੱਚੇ ਬਾਹਰ ਖੇਡ ਰਹੇ ਸੀ, ਕੋਈ ਹਾਦਸਾ ਹੋ ਸਕਦਾ, ਕੋਈ ਵੀ ਟੀਚਰਸ ਵੀ ਵਿਚਾਰੇ ਮਜਬੂਰ ਨੇ। ਦੇਖੋ ਇਹਨੀ ਆਪਣੇ ਵੱਲੋਂ ਜੋ ਵੀ ਇਸ ਸਕੂਲ ਨੂੰ ਜਿੰਨੇ ਮੌਜੂਦਾ ਸਾਧਨ ਦੇ ਵਿੱਚ ਇਹਨੂੰ ਸਾਂਭ ਕੇ ਰੱਖਿਆ, ਕਲਾਸਾਂ ਕਲਾਸਰੂਮ ਹੈ ਨਹੀਂ ਤੱਕ 2 ਕਲਾਸਾਂ ਦੇ ਬਟਵਾਰੇ ਕਰਕੇ ਬੱਚਿਆਂ ਨੂੰ ਪੜ੍ਹਾ ਰਹੇ, ਜੋ ਵੀ ਆਪਣੀ ਮਜਬੂਰੀਆਂ ਦੇ ਵਿੱਚ ਜਿੱਦਾਂ ਵੀ ਹੋ ਸਕੇ ਆਪਣੇ ਜੇਬੋਂ ਖਰਚ ਕੇ ਜੋ ਕੁਛ ਕਰ ਸਕੇ ਟੀਚਰਸ ਨੇ ਕੰਮ ਕੀਤਾ। ਗਲਤ ਇਹ ਹੈ ਕਿ ਕਦੀ ਕਿਸੇ ਨੇ ਗੌਰ ਹੀ ਨਹੀਂ ਕੀਤੀ। ਮੈਂ ਤੁਹਾਨੂੰ ਇੱਕ ਮਿਸਾਲ ਦੇ ਰਿਹਾ ਕਿ ਜਿੱਥੇ ਸਿੱਖਿਆ ਮੰਤਰੀ ਬੈਠਦਾ, ਜਿੱਥੇ ਸਾਰੇ ਅਧਿਕਾਰੀ ਬੈਠਦੇ, ਜੇ ਉਹਨਾਂ ਦੇ ਛੱਤ ਦੇ ਥੱਲੇ ਇਹ ਹਾਲ ਹੈ, ਤਾਂ ਇਸ ਸਕੂਲ ਨੂੰ ਅਸੀਂ ਇਹਦੀ ਆਲਰੇਡੀ ਜ਼ਮੀਨ ਅਲਾਟ ਹੋ ਗਈ ਹੈ, ਇਹਨੂੰ 5-6 ਮਹੀਨੇ 'ਚ ਆਪਾਂ ਸ਼ਾਨਦਾਰ ਸਕੂਲ ਬਣਾਵਾਂਗੇ। ਠੀਕ ਹੈ, ਥੈਂਕ ਯੂ, ਥੈਂਕ ਯੂ।